ਸਬਲਗੋਲ ਉੱਥੇ ਹੀ ਪੀਡੀਸੀ ਨੈਟਵਰਕ ਵਿਰੋਧ ਪੱਖਪਾਤੀ ਕਾਰਵਾਈ ਦਾ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਹੈ ਹੁਣ ਰੋਪੜ ਦੇ ਪਾਸਪਾਸ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਘਟਵਾਲ ਨੇ ਇਸ ਨੂੰ ਸਾਜ਼ਿਸ਼ ਘੜਾ ਦਿੱਤਾ ਹੈ ਉਹਨਾਂ ਕਹੇ ਹੈ ਕਿ ਰਵਿੰਦਰ ਨਰਾਇਣ ਨੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਗੁਰਬਾਣੀ ਦੀ ਸੇਵਾ ਕੀਤੀ ਹੈ ਉਹਨਾਂ ਇਸ ਸਾਜ਼ਿਸ਼ਵਰੋ ਦੇ ਲੋਕਾਂ ਨੂੰ ਇਕੱਠਾ ਹੋਣ ਦੀ ਅਪੀਲ ਕੀਤੀ ਤਾਂ ਕਿ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾ ਸਕੇ ਪਤਾ ਬੰਦੇ ਮੈਂ ਸਮਝਦਾ ਕਿ ਪਿਛਲੇ ਲੰਬੇ ਸਾਲਾਂ ਤੋਂ ਪੀਟੀਸੀ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁਕਾਬਲੇ ਕਰਾਏ ਜਿਦੇ ਵਿੱਚ ਸਾਡੇ ਪੰਜਾਬੀ ਬੱਚਿਆਂ ਦਾ ਮਨੋਬਲ ਵਧਿਆ ਔਰ ਉਹਨਾਂ ਦੀ ਜਿਹੜੀ ਕਾਬਲੀਅਤ ਸੀ ਉੱਭਰ ਕੇ ਸਾਹਮਣੇ ਆਈ ਮੈਂ ਪਿਛਲੇ ਦਿਨੀ ਦੇਖ ਰਿਹਾ ਸੀ ਜਿਹੜਾ ਪੀਟੀਸੀ ਟੀਵੀ ਦੇ ਉੱਤੇ ਚਲਾਇਆ ਜਾ ਰਿਹਾ ਸੀ ਤੇ ਕਿਸ ਤਰ੍ਹਾਂ ਉਹ ਲੜਕੀ ਆਪਣੀਆਂ ਸਾਥਣਾਂ ਦੇ ਨਾਲ ਜਿੱਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਔਰ ਕਿਸ ਤਰ੍ਹਾਂ ਉਹ ਉੱਥੋਂ ਬਾਹਰ ਨਿਕਲ ਕੇ ਆਪਣੇ ਸਾਥੀਆਂ ਨਾਲ ਮੁਲਾਕਾਤ ਕਰ ਰਹੀ ਆ ਇਹ ਸਾਰੀਆਂ ਚੀਜ਼ਾਂ ਵੇਖ ਕੇ ਕਿਤੇ ਵੀ ਅਜੀਹਾ ਨਹੀਂ ਲੱਗਦਾ ਕਿ ਉਸ ਨੂੰ ਬੰਦੀ ਬਣਾ ਕੇ ਉੱਥੇ ਰੱਖਿਆ ਹੋਵੇਗਾ ਪਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਜੇ ਉਹਨੂੰ ਬੰਦੀ ਬਣਾਇਆ ਹੁੰਦਾ ਤੇ ਜਿਹੜੇ ਬਾਕੀ ਮੁਕਾਬਲੇ 'ਚ ਹਿੱਸਾ ਲੈ ਰਹੀਆਂ ਬੇਟੀਆਂ ਸੀ ਉਹ ਵੀ ਪੁੱਛਣਾ ਕੁਝ ਇਸ ਤੇ ਚਾਣਨਾ ਪਉਂਦੀਆਂ ਮੈਂ ਸਮਝਦਾ ਕਿ ਇਹਦੇ ਪਿੱਛੇ ਇੱਕ ਜਾਂਚ ਦਾ ਵਿਸ਼ਾ ਹੈ ਔਰ ਬੜੀ ਮੰਦਭਾਗੀ ਘਟਨਾ ਹੈ ਕਿਤੇ ਨਾ ਕਿਤੇ ਇਹ ਪਹਿਲੂ ਜਿਹੜਾ ਉਹ ਸਰਕਾਰ ਵੱਲੋਂ ਗਰਬਾਣੀ ਦਾ ਜਿਹੜਾ ਪ੍ਰਸਾਰਣ ਕੀਤਾ ਜਾ ਰਿਹਾ ਪੀਟੀਸੀ ਦਾ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਉਹਦੇ ਨਾਲ ਇਹ ਜਰੂਰ ਰਿਲੇਟਡ ਹੈ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਚੀਪੀਸੀ ਨੂੰ ਆਫਰ ਕਰਨਾ ਕਿ ਅਸੀਂ ਤੁਹਾਨੂੰ ਚੈਨਲ ਵਾਸਤੇ ਪੈਸੇ ਦਿੰਨੇ ਆ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਘਰ ਮੇਰੇ ਘਰ ਕੀ ਪੂਰੇ ਹਿੰਦੁਸਤਾਨ ਬਾਹਰ ਦੇ ਆ ਦੇਸ਼ਾਂ ਦੇ ਵਿੱਚ ਵੀ ਜਦੋਂ ਕੋਈ ਟੀਵੀ ਚੈਨਲ ਚਲਾਉਣ ਵਾਸਤੇ ਡਿਸ਼ ਲਗਾਉਂਦਾ ਹੈ ਤੇ ਬਜ਼ੁਰਗਾਂ ਦੀ ਇੱਕੋ ਹੀ ਡਿਮਾਂਡ ਹੁੰਦੀ ਆ ਕਿ ਪੀਟੀਸੀ ਚੱਲੇਗਾ ਕਿਉਂਕਿ ਸਵੇਰੇ ਸ਼ਾਮੀ ਜੇਕਰ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਹੁੰਦੇ ਨੇ ਤੇ ਉਹ ਪੀਟੀਸੀ ਚੈਨਲ ਦੀ ਬੜੀ ਤਗੜੀ ਸੇਵਾ ਹੈ ਜਿਹੜੇ ਦੂਰ ਦਰਾਡੇ ਦੇਸ਼ਾਂ ਉਦೇಶਾਂ ਦੇ ਬੈਠੇ ਸਿੱਖ ਭਾਈਚਾਰੇ ਨੂੰ ਤੇ ਗੁਰੂ ਨਾਨਕ ਨਾਮ ਲੈਵਾ ਨੂੰ ਸਵੇਰੇ ਸਵੇਰੇ ਗੁਰਬਾਣੀ ਦੇ ਰਾਹੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ ਮੈਂ ਸਮਝਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੀਟੀਸੀ ਨੂੰ ਬਦਨਾਮ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਦਰਸ਼ਨ ਜਿਹੜੇ ਸੰਗਤ ਨੂੰ ਕਰਵਾਏ ਜਾਂਦੇ ਰਹੇ ਉਹਨਾਂ ਨੂੰ ਰੋਕਣਾ ਪੰਜਾਬ ਸਰਕਾਰ ਦਾ ਇਹਦੇ ਉੱਤੇ ਬਿਆਨ ਆਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਬਤ ਕਰਦੀਆਂ ਨੇ ਕਿ ਕਿਸੇ ਤਰੀਕੇ ਨਾਲ ਪੀਟੀਸੀ ਨੂੰ ਬਦਨਾਮ ਕਰਕੇ ਤੇ ਇਹਨੂੰ ਪ੍ਰਸਾਰਣ ਤੋਂ ਰੋਕਿਆ ਜਾਵੇ ਮੈਂ ਸਮਝਦਾ ਕਿ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਔਰ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੇ ਦੋਸ਼ੀ ਜਾਂ ਜਿਹੜੇ ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਕਰਕੇ ਪੀਟੀਸੀ ਨੂੰ ਬਦਨਾਮ ਕਰ ਰਿਹਾ ਉਹਨਾਂ ਖਿਲਾਫ ਜਿਹੜੀ ਸਖਤ ਸਖਤ ਕਾਰਵਾਈ ਕਰਨੀ ਬੰਦੀ ਹੈ ਔਰ ਕਰਨੀ ਚਾਹੀਦੀ ਹੈ